ਵਿੱਚ ਨਾਮਜ਼ਦਗੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਆਖਰੀ ਦੌਰ ਦੇ ਨਾਮਕਰਨ ਪੱਤਰ ਜਿਹੜੇ ਹੈਗੇ ਆ ਉਹ ਦਾਖਲ ਕਰਨ ਜਾਣੇ ਨੇ ਜਿਮਖਾਨਾ। ਅਲਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ, ਹੋਵੇ ਸਵੇਰਾ ਮਿਟੇ ਹਨੇਰਾ, ਇੱਕ ਨਵਾਂ ਅਭਿਆਨ ਹੈ, ਇੱਕ ਨਵਾਂ ਅਭਿਆਨ ਸਕੂਲ ਮੇਰਾ। ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ। ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ, ਵਿਦਿਆ ਮਿਆਰੀ, ਮਾਨ ਪੰਜਾਬ ਦਾ ਸਕੂਲ ਸਰਕਾਰੀ। ਕਲੱਬ ਦੇ ਤਸਵੀਰਾਂ ਤੁਸੀਂ ਪਹਿਲਾਂ ਦੇਖ ਸਕਦੇ ਹੋ। ਹਜੂਮ ਇਸ ਵੇਲੇ ਹਜੂਮ ਇਕੱਠਾ ਹੋਇਆ ਹੋਇਆ ਹੈ ਜਿਮਖਾਨਾ ਕਲੱਬ ਦੇ ਵਿੱਚ। ਅੱਜ ਆਖਰੀ ਦੌਰ ਦੇ ਨਾਮਜ਼ਦਗੀ ਪੱਤਰ ਦਾਖਲ ਹੋਣੇ ਨੇ ਤੇ 2 ਮਾਰਚ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਸਮਾਂ ਹੈਗਾ। ਔਰ ਇਸ ਵਿਚਕਾਰ ਜਿਹੜੇ ਇੱਥੇ ਲੋਕ, ਇੱਥੇ ਜਿਹੜੇ ਵੋਟਰ ਸਪੋਟਰ ਮੌਜੂਦ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕਿਵੇਂ ਵੋਟ ਤੇ ਸਪੋਰਟ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਹੈ। ਫਿਲਹਾਲ ਜਿਮਖਾਨਾ ਕਲੱਬ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਔਰ 2 ਮਾਰਚ ਨੂੰ ਪੱਤਰ ਵਾਪਸ ਲੈਣ ਦਾ ਸਮਾਂ। ਔਰ ਇਸ ਵਿਚਕਾਰ ਕਾਂਜੀ ਸਾਹਿਬ ਸਾਡੇ ਨਾਲ ਹੈਗੇ ਨੇ। ਕਾਂਜੀ ਸਾਹਿਬ, ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ, 2 ਮਾਰਚ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ, ਔਰ ਇਸ ਵਿਚਕਾਰ ਜੇ ਜਿਮਖਾਨਾ ਕਲੱਬ ਦੀ ਨੁਹਾਰ ਦੀ ਗੱਲ ਕਰਦੇ ਹਾਂ, ਕੱਲ ਵੀ ਗੱਲ ਕੀਤੀ ਸੀ, ਉਸ ਤੋਂ ਪਹਿਲਾਂ ਵੀ ਲੋਕਾਂ ਨਾਲ ਗੱਲ ਕੀਤੀ ਸੀ ਜਿਹੜੇ ਵੋਟਰ ਤੇ ਸਪੋਟਰ ਹੈਗੇ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਨੁਹਾਰ ਬਦਲੀ ਜਾਵੇਗੀ ਹੋਰ ਜਿਮਖਾਨਾ ਕਲੱਬ ਦੀ? ਦੇਖੋ, ਜਿਮਖਾਨਾ ਕਲੱਬ ਦੀ ਨੁਹਾਰ ਦਾ ਜਿਹੜਾ ਬਦਲਣ ਦਾ ਕੰਮ ਆ ਆਲਰੇਡੀ ਪਿਛਲੀਆਂ ਕਈ ਟਰਮਸ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਸਾਡੇ ਮਾਨਯੋਗ ਪੁਰਾਣੇ ਸੈਕਟਰੀ ਸਾਹਿਬ ਸਤੀਸ਼ ਠਾਕੁਰ ਗੋਰਾ ਜੀ ਔਰ ਸਾਡੇ ਮਾਨਯੋਗ ਐਕਸ ਸੈਕਟਰੀ ਸਰਦਾਰ ਦਲਜੀਤ ਸਿੰਘ ਛਾਵੜਾ ਜੀ ਔਰ ਇਹਨਾਂ ਨੇ ਜੋ ਕੰਮ ਵਿਕਾਸ ਦੇ ਉਲੀਕੇ ਸੀ ਉਹਨਾਂ ਨੂੰ ਸੰਦੀਪ ਬੈਲ ਜੀ ਨੇ ਜਾਰੀ ਰੱਖਿਆ ਔਰ ਪਿਛਲੇ 2 ਸਾਲਾਂ ਦੇ ਵਿੱਚ ਕਲੱਬ ਦੇ ਵਿੱਚ ਬੇਹੱਦ ਜਿਹੜਾ ਵਿਕਾਸ ਹੋਇਆ, ਜਿਸ ਦਾ ਸਦਕਾ ਅੱਜ ਇੰਨੀ ਭਾਰੀ ਗਿਣਤੀ ਵਿੱਚ ਮੈਂਬਰ ਜਿਹੜੇ ਨੇ ਆਪਣਾ ਆਸ਼ੀਰਵਾਦ ਦੇਣ ਲਈ ਸਾਰੇ ਹੀ ਕੈਂਡੀਡੇਟਸ ਨੂੰ ਇੱਥੇ ਪਹੁੰਚੇ ਨੇ। ਔਰ ਅੱਜ ਦੇ ਇਸ ਮੌਕੇ ਤੇ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਪੂਰੀ ਸਾਡੀ ਟੀਮ ਵੱਲੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਦਾ ਕੰਮ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਦੀ ਡਿਵੈਲਪਮੈਂਟ ਜਾਰੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹੇਗੀ ਔਰ ਜੋ ਕਲੱਬ ਦੇ ਵਿੱਚ ਕੁਝ ਹੋਰ ਡਿਵੈਲਪਮੈਂਟ ਦੇ ਸਕੋਪ ਹੈ, ਜਿੱਥੇ ਜਿੱਥੇ ਕੰਮ ਹੋਣਾ ਬਾਕੀ ਹੈ ਉਹ ਛੇਤੀ ਤੋਂ ਛੇਤੀ ਹੀ ਉਹਨਾਂ ਖੇਤਰਾਂ ਦੇ ਵਿੱਚ ਆ ਕੇ ਕੰਮ ਨੂੰ ਪੂਰਾ ਕੀਤਾ ਜਾਏਗਾ। ਜਿਵੇਂ ਕਿ ਪਾਰਕਿੰਗ ਦੀ ਸਮੱਸਿਆ ਹੈ ਉਹਨੂੰ ਜਲਦ ਤੋਂ ਜਲਦ, ਇੱਕ ਪਾਰਕਿੰਗ ਦਾ ਬਹੁਤ ਵੱਡਾ ਸੀ ਪਲਾਨ ਜਿਹੜਾ ਆਲਰੇਡੀ ਤਿਆਰ ਕਰ ਚੁੱਕੇ ਸੀ ਲੇਕਿਨ ਸਮੇਂ ਦੀ ਘਾਟ ਕਰਕੇ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਰਕਿੰਗ ਦੀ ਜਿਹੜਾ ਪ੍ਰਪੋਜ਼ਲ ਹੈ ਉਹਨੂੰ ਬਹੁਤ ਹੀ ਇੱਕ ਵੱਡੇ ਪੱਧਰ ਤੇ ਕਰਕੇ ਇਹ ਵੱਡੀ ਸਮੱਸਿਆ ਨੂੰ ਦੂਰ ਕੀਤਾ ਜਾਏਗਾ ਔਰ ਬਾਕੀ ਵੀ ਜਿੱਥੇ ਜਿੱਥੇ ਕੁਝ ਮੇਨਟੇਨੈਂਸ ਦੀ ਔਰ ਹੋਰ ਡਿਵੈਲਪਮੈਂਟ ਦਾ ਸਕੋਪ ਹੈ ਉਸ ਨੂੰ ਜਿਹੜਾ ਹੈ ਉਹ ਸਕੋਪ ਅੱਗੇ ਜਾਰੀ ਰੱਖਿਆ ਜਾਏ। ਠੀਕ ਹੈ ਜੀ ਸਾਹਿਬ, ਇਸ ਵਾਰ ਮਹਿਲਾਵਾਂ ਦਾ ਖਾਸ ਯੋਗਦਾਨ ਦੇਖ ਰਹੇ ਹਾਂ ਕਿ ਮਹਿਲਾਵਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ? ਹਾਂਜੀ, ਦੇਖੋ ਜੀ, ਮਹਿਲਾਵਾਂ ਵੀ ਭਾਰੀ ਗਿਣਤੀ ਵਿੱਚ ਇਸ ਕਲੱਬ ਦੀਆਂ ਮੈਂਬਰਸ ਨੇ ਔਰ ਮੈਂਬਰ ਹੋਣ ਦੇ ਨਾਤੇ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਕਿ ਉਹ ਕਿਸੇ ਵੀ ਵੇਲੇ ਕੋਈ ਵੀ ਚੋਣ ਜਿਹੜੀ ਹੈ ਉਹ ਐਜ਼ ਬਤੌਰ ਮੈਂਬਰ ਲੜ ਸਕਦੇ ਨੇ ਔਰ ਬੜੀ ਅੱਛੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਵਾਰ ਅੱਗੇ ਆਉਣ ਦਾ ਜਿਹੜਾ ਹੈ ਉਹ ਮੌਕਾ ਆਪਣੇ ਆਪ ਨੂੰ ਦਿੱਤਾ ਹੈ ਔਰ ਇਹ ਹੁਣ ਮੈਂਬਰਾਂ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਹਨਾਂ ਮੈਂਬਰਾਂ ਨੂੰ ਉਹ ਚੰਗਾ ਸਮਝਦੇ ਨੇ, ਕਿਹਨਾਂ ਪੁਰਾਣੇ ਮੈਂਬਰਾਂ ਦਾ ਉਹ ਰਿਪੋਰਟ ਕਾਰਡ ਦੇਖਦੇ ਨੇ ਕਿ ਕਿੱਦਾਂ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਔਰ ਕੀ ਸਮਝਦੇ ਕਿ ਪ੍ਰੋਫਾਈਲ ਦੇਖ ਕੇ ਜਿਹੜੇ ਜਿੰਨੇ ਵੀ ਕੈਂਡੀਡੇਟਸ ਲੜ ਰਹੇ ਨੇ ਕੀ ਉਹ ਕਲੱਬ ਦੀ ਬਿਹਤਰੀ ਲਈ ਕੰਮ ਕਰ ਸਕਦੇ ਆ ਕਿ ਨਹੀਂ ਕਰ ਸਕਦੇ,
ਔਰ ਉਸੇ ਆਧਾਰ ਤੇ ਜਿਹੜੇ ਆ ਉਹ ਮੈਂਬਰ ਸਾਹਿਬਾਨ ਵੋਟ ਕਰਨਗੇ। ਤਾਂ ਮਹਿਲਾਵਾਂ ਨਾਲ ਵੀ ਗੱਲ ਕਰਾਂਗੇ, ਕੈਂਡੀਡੇਟ ਹੈਗੇ ਨੇ ਨਾਲ, ਅੱਜ ਇਹਨਾਂ ਵੱਲੋਂ ਆਪਣੇ ਨਾਮਜ਼ਦਗੀ ਦੇ ਪੱਤਰ ਦਾਖਲ ਕਰਨੇ ਨੇ, ਹੱਥ ਵਿੱਚ ਉਹਨਾਂ ਦੇ ਪੱਤਰ ਮੌਜੂਦ ਹੈਗੇ ਨੇ। ਮੈਮ ਕਿਵੇਂ ਵੇਖਦੇ ਹੋ ਨਹਾਰ ਬਦਲਣ ਜਾ ਰਹੀ ਹੈ ਜਿਮਖਾਨਾ ਕਲੱਬ ਦੀ, ਹੋਰ ਕੀ ਵੱਧ ਚੜ ਕੇ ਕੰਮ ਕੀਤੇ ਜਾਣਗੇ? ਬਹੁਤ ਸਾਰੇ ਅੱਛੇ ਅੱਛੇ ਕੰਮ ਜੋ ਲੇਟੈਸਟ ਕੰਮ ਹੋਣਗੇ ਉਹ ਸਾਰੇ ਕੀਤੇ ਜਾਣਗੇ। ਲੇਟੈਸਟ ਅਸੀਂ ਲੇਟੈਸਟ ਕੰਮ ਹੀ ਕਰਾਂਗੇ, ਅੱਗੇ ਵੀ ਸਾਰਾ ਜਿਮਖਾਨਾ ਬਹੁਤ ਸੋਹਣਾ ਲੇਟੈਸਟ ਬਣਿਆ, ਬੱਚਿਆਂ ਦਾ, ਲੇਡੀਜ਼ ਦਾ, ਵੱਡਿਆਂ ਵੱਡੇ ਸੀਨੀਅਰ ਸਿਟੀਜ਼ਨ ਦਾ, ਸਭ ਦਾ ਅੱਛਾ। ਜੋ ਉਹ ਸੁਜੈਸ਼ਨ ਦੇਣਗੇ ਉਹਦੇ ਅਕੋਰਡਿੰਗਲੀ ਕੰਮ ਕਰਾਂਗੇ। ਵੋਟ ਸਪੋਰਟ ਮਿਲ ਰਹੀ ਹੈ ਪੂਰੀ ਪੂਰੀ? ਹਾਂਜੀ ਪੂਰੀ ਸਪੋਰਟ, ਵੋਟ ਸਭ ਪੂਰੀ ਮਿਲ ਰਹੀ ਹੈ। ਹਾਂਜੀ ਬਹੁਤ ਬਹੁਤ ਮੁਬਾਰਕ ਦੈਨਿਕ ਸਵੇਰਾ ਵੱਲੋਂ ਵੀ ਤੁਹਾਨੂੰ। ਹੋਰ ਜਿਹੜੇ ਕੈਂਡੀਡੇਟ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ। ਮੇਰੇ ਨਾਲ ਇਸ ਵੇਲੇ ਜਗਜੀਤ ਸਿੰਘ ਜੀ ਮੌਜੂਦ ਹੈਗੇ। ਜਗਜੀਤ ਜੀ ਕਿਵੇਂ ਵੇਖ ਰਹੇ ਹੋ, ਇਲੈਕਸ਼ਨ ਆਉਣ ਲੱਗੇ ਨੇ, ਨਾਮਜ਼ਦਗੀਆਂ ਦਾ ਦੌਰ ਜਿਹੜਾ ਆਖਰੀ ਪੜਾਅ ਦੇ ਵਿੱਚ ਹੈਗਾ ਇਸ ਵੇਲੇ? ਅੱਜ ਅਸੀਂ ਸਾਰੀ ਪੂਰੀ ਟੀਮ ਦੇ ਨਾਲ ਕੁੱਕੀ ਵੈਲ ਜੀ ਦੀ ਅਗਵਾਈ ਦੇ ਵਿੱਚ ਪੇਪਰ ਫਾਈਲ ਕਰਨ ਜਾ ਰਹੇ ਹਾਂ, ਨੋਮੀਨੇਸ਼ਨ ਭਰਾਂਗੇ। ਮੇਰੇ ਨਾਲ ਸੋਢੀ ਸਾਹਿਬ ਸਾਡੇ ਐਗਜ਼ੈਕਟਿਵ ਨੇ, ਉਹ ਵੀ ਨਾਲ ਨੇ, ਪੂਰੀ ਟੀਮ ਨੂੰ ਨਾਲ ਲੈ ਕੇ ਜਾ ਰਹੇ ਹਾਂ। ਪਰਮਾਤਮਾ ਕਰੇ ਇਸ ਵਾਰ ਪੂਰੀ ਮਿਹਨਤ ਦੇ ਨਾਲ ਪੂਰੀ ਦੀ ਪੂਰੀ ਟੀਮ ਜਿੱਤ ਕੇ ਦੁਆਰਾ ਵਿੱਚ ਆਏਗੀ ਔਰ ਬਹੁਤ ਹੀ ਸੁਧਾਰ ਵਾਸਤੇ ਕਲੱਬ ਦੇ ਬਹੁਤ ਅੱਗੇ ਤੋਂ ਅੱਛੇ ਵਿਜ਼ਨ ਲੈ ਕੇ ਕਲੱਬ ਦਾ ਕੰਮ ਕਰੇਗੀ। ਮੇਨ ਤਾਂ ਗੱਲ ਸਪੋਰਟ ਦੀ ਹੁੰਦੀ, ਸਪੋਰਟ ਕਿਹੋ ਜਿਹੀ ਹੈ ਇਸ ਵੇਲੇ? ਨਹੀਂ ਸਪੋਰਟ ਸਾਰੇ ਸਾਥੀਆਂ ਦੀ, ਪੂਰੀ ਜਲੰਧਰ ਤੋਂ ਪੂਰੀ ਸਪੋਰਟ ਹੈ ਔਰ ਪਰਮਾਤਮਾ ਦੀ ਆਸ਼ੀਰਵਾਦ ਦੇ ਨਾਲ 100% ਸਾਰੀ ਟੀਮ ਜਿੱਤ ਕੇ ਅੰਦਰ ਆਏਗੀ। ਗੱਲਬਾਤ ਕਰਨ ਲਈ ਤੇ ਮੇਰੇ ਨਾਲ ਮੌਜੂਦ ਹੈ ਐਗਜ਼ੀਕਟਿਵ ਵੀ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ। ਸਰ ਕਿਵੇਂ ਵੇਖ ਰਹੇ ਹੋ ਇਲੈਕਸ਼ਨ? ਮੇਰਾ ਨਾਮ ਗੁਰਦੀਪ ਸਿੰਘ ਸੋਢੀ, ਐਡਵੋਕੇਟ ਹੈ ਜੀ। ਆਈ ਹੈਵ ਬੀਨ ਇਲੈਕਟਿਡ ਟਵਾਈਸ ਤੁਹਾਡੇ ਸਾਰਿਆਂ ਦੇ, ਸਾਰੇ ਮੈਂਬਰਸ ਦੇ ਆਸ਼ੀਰਵਾਦ ਨਾਲ ਦੋ ਵਾਰ ਇਲੈਕਟ ਹੋ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ ਫ੍ਰੀ ਫ੍ਰੀ। ਆਰ ਕੇ ਤਾਂਤਰਿਕ, ਮੋਬਾਈਲ 9518855093, 7105 98 475, ਪਤਾ ਪੰਜਾਬ।